ਚੈਨਲ ਤੋਂ ਦੇਖਦੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਅਤੇ ਇਸ ਵਕਤ ਅਸੀਂ ਨਿੱਕਾ ਚੰਨੜਕੇ ਜਿਹੜਾ ਕਿ ਡਿਸਟ੍ਰਿਕਟ ਅੰਮ੍ਰਿਤਸਰ ਦੇ ਵਿੱਚ ਪੈਂਦਾ ਪਿੰਡ ਹੈ, ਅਸੀਂ ਉਹ ਪਿੰਡ ਦੇ ਵਿੱਚ ਉੱਥੋਂ ਦੇ ਮੌਜੂਦਾ ਸਰਪੰਚ ਕਾਂਗਰਸ ਵੱਲੋਂ ਜਿਹੜੇ ਕਿ ਬਣੇ ਨੇ ਸਰਪੰਚ ਸਰਦਾਰ ਸ਼੍ਰੀਮਤੀ ਪਰਮਜੀਤ ਕੌਰ ਜੀ, ਵਾਈਫ ਆਫ ਸਰਦਾਰ ਦਵਿੰਦਰ ਸਿੰਘ ਜੀ, ਉਹਨਾਂ ਦੇ ਨਿਵਾਸ ਸਥਾਨ 'ਤੇ ਇਸ ਵਕਤ ਅਸੀਂ ਉਹਨਾਂ ਦੇ ਨਾਲ ਬੈਠੇ ਹਾਂ। ਸ਼੍ਰੀਮਤੀ ਦਵਿੰਦਰ ਕੌਰ ਜੀ ਪਰਮਜੀਤ ਕੌਰ ਜੀ ਵੀ ਸਾਡੇ ਨਾਲ ਨੇ ਅਤੇ ਸਰਦਾਰ ਦਵਿੰਦਰ ਸਿੰਘ ਜੀ ਵੀ ਸਾਡੇ ਨਾਲ ਨੇ। ਅਤੇ ਅਸੀਂ ਇਹਨਾਂ ਕੋਲੋਂ ਇਹਨਾਂ ਦੀ ਸਰਪੰਚੀ ਦੇ ਦੌਰਾਨ ਹੋਏ ਵਿਕਾਸ ਦੇ ਕੰਮਾਂ ਬਾਰੇ ਜਾਣਕਾਰੀ ਲਵਾਂਗੇ। ਅਤੇ ਉਸ ਤੋਂ ਇਲਾਵਾ ਇਲੈਕਸ਼ਨ ਆ 2022 ਦੀ, ਉਸ ਸੰਬੰਧੀ ਵੀ ਗੱਲਬਾਤ ਕਰਾਂਗੇ ਕਿ ਇਹ ਇਹਨਾਂ ਦੇ ਵਿਚਾਰ ਕੀ ਨੇ ਇਲੈਕਸ਼ਨ ਦੇ ਸੰਬੰਧੀ। ਅਤੇ ਆਓ ਹੁਣ ਤੁਹਾਡੇ ਰੂਬਰੂ ਕਰਾਉਂਦੇ ਹਾਂ ਆਪਾਂ ਕਿ ਆਪਾਂ ਨਿੱਕਾ ਚੰਨੜਕੇ ਤੋਂ ਇਹ ਮੌਜੂਦਾ ਸਰਪੰਚ ਸਰਦਾਰ ਦਵਿੰਦਰ ਸਿੰਘ ਜੀ ਦੇ ਨਾਲ, ਅਤੇ ਉਹਨਾਂ ਨੂੰ ਪੁੱਛਦੇ ਹਾਂ ਕਿ ਉਹ ਕੀ ਕਹਿੰਦੇ ਨੇ। ਹਾਂਜੀ ਸਰ, ਸਭ ਤੋਂ ਪਹਿਲਾਂ ਤਾਂ ਸਰ ਤੁਸੀਂ ਆਪਣੇ ਪਿੰਡ ਵਾਸਤੇ ਕੁਝ ਕਹਿਣਾ ਚਾਹੋਗੇ? ਮੈਂ ਦਵਿੰਦਰ ਸਿੰਘ, ਪਿੰਡ ਨਵਾਂ ਚੰਨੜਕੇ। ਸਾਡਾ ਪਿੰਡ ਜਿਹੜਾ ਵਾ ਬਹੁਤ ਵੱਡਾ ਨਹੀਂ ਗਾ, ਦਰਮਿਆਨਾ ਜਿਹਾ ਪਿੰਡ ਵਾ। ਸਾਰੇ ਮੱਤਰ ਨੇ ਸਾਨੂੰ ਸਰਬਸੰਮਤੀ ਨਾਲ ਕੀਤੀ ਆ, ਔਰ ਅਸੀਂ ਸਾਰੇ ਨਗਰ ਦਾ ਬਹੁਤ ਸਾਰੇ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਸਾਨੂੰ ਇਹ ਸੇਵਾ ਬਖਸ਼ੀ ਆ। 2.5 ਸਾਲ ਹੋ ਗਏ ਆ ਜਿੰਨਾ ਕੰਮ ਅਸੀਂ ਕਰ ਸਕੇ ਹਾਂ, ਸਾਨੂੰ ਜਿੰਨੇ ਕੁ ਪੈਸੇ ਮਿਲੇ ਉਸ ਹਿਸਾਬ ਨਾਲ ਅਸੀਂ ਆਪਣਾ ਵੱਧ ਤੋਂ ਵੱਧ ਕੰਮ ਕੀਤਾ, ਔਰ ਮੈਂ ਨਗਰ ਦਾ ਫਿਰ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਸਰਬਸੰਮਤੀ ਨਾਲ ਇਹ ਸੇਵਾ ਬਖਸ਼ੀ। ਠੀਕ ਹੈ। ਅਤੇ ਅੱਛਾ ਸਰ, ਹੁਣ ਆਪਾਂ ਗੱਲ ਕਰੀਏ ਕਿ ਤੁਸੀਂ ਮੌਜੂਦਾ ਸਰਪੰਚ ਜੀ, ਤੁਹਾਡੇ ਆਪਾਂ ਵਿਕਾਸ ਬਾਰੇ। ਅਤੇ ਸਰ ਆਪਾਂ ਸਭ ਤੋਂ ਪਹਿਲਾਂ ਆਪਣੇ ਅਸਲੀ ਘਰ ਤੋਂ ਗੱਲ ਕਰਦੇ ਹਾਂ ਕਿ ਜਿਹੜਾ ਸਾਡਾ ਅਸਲੀ ਘਰ ਆ ਸ਼ਮਸ਼ਾਨ ਘਰ। ਹਾਂਜੀ। ਅਤੇ ਜਦੋਂ ਸਰ ਤੁਸੀਂ ਸਰਪੰਚ ਬਣੇ ਸੀ ਉਸ ਟਾਈਮ 'ਤੇ ਸਰ ਜਿਹੜੀ ਸ਼ਮਸ਼ਾਨ ਘਾਟ ਦੀ ਕੰਡੀਸ਼ਨ ਆ ਉਹ ਕਿੱਦਾਂ ਦੀ ਸੀ? ਜਦੋਂ ਅਸੀਂ ਸਰਪੰਚ ਬਣੇ ਆ ਸਾਡੇ 3 ਪਿੰਡ ਵਾ, ਸਾਡੇ ਪਿੰਡ ਤਿੰਨਾਂ ਦੀ ਆਦਤ ਬਸ ਇੱਕ ਵਾ, ਔਰ ਸ਼ਮਸ਼ਾਨ ਘਾਟ ਜਿਹੜਾ ਵਾ ਸਾਡਾ ਉਹ ਆਪਣੇ ਵੱਡੇ ਚਣਕੇ ਦੇ ਨਾਲ ਹੀ ਆ, ਟ੍ਰੇਨ ਤੋਂ ਅੱਗੇ ਜਾ ਕੇ ਨਵਾਂ ਚਣਕੇ ਵੱਖਰਾ ਸ਼ਮਸ਼ਾਨ ਘਾਟ ਨਹੀਂ। ਅੱਛਾ। ਔਰ ਉਹ ਸ਼ਮਸ਼ਾਨ ਘਾਟ ਜਿਹੜਾ ਸਾਡੇ ਸਰਪੰਚੀ ਤੋਂ ਪਹਿਲੋਂ ਸਿਰਫ ਉੱਥੇ ਕਮਰਾ ਬਣਿਆ, ਥੋੜ੍ਹੀ ਜਿਹੀ ਕਾਰਵਾਈ ਅਧੂਰੀ ਜਿਹੀ ਹੋਈ ਸੀ, ਔਰ ਉਸ ਤੋਂ ਬਾਅਦ ਮੌਜੂਦਾ ਪੰਚਾਇਤ ਨੇ ਅਸੀਂ ਸਹਿਯੋਗ ਦਿੱਤਾ, ਕੁਛ ਵੱਡੇ ਚਣਕੇ ਦੇ ਸਰਪੰਚ ਨੇ ਚਾਰ ਦਵਾਈ ਦੁਬਾਰੀ ਜਿਹੜੀ ਸ਼ੁਰੂ ਕਰਵਾਈ ਆ, ਸਾਰੀ ਪੂਰੀ ਕੰਪਲੀਟ ਨਹੀਂ ਹੋਈ ਹਾਲੇ, ਅਤੇ ਕੁੱਲ ਰਾਤ ਤੋਂ ਥੱਲੇ ਵੀ ਬਲੋਕ ਤਹਿਤ ਮਾੜੀ ਮੋਟੀ ਜੀ ਲੱਗੀ, ਪਰ ਪਿੰਡ ਦੀ ਜਿਹੜੀ ਪਟਾਇਗੀ ਜ਼ਮੀਨ ਆ ਉਹ ਤਿੰਨਾਂ ਪਿੰਡਾਂ ਦੀ ਇਕੱਠੀ ਹੋਣ ਕਰਕੇ ਲਗਾ ਕੇ। ਹਾਂਜੀ ਹਾਂਜੀ। ਔਰ ਸਾਡੇ ਨਗਰ ਦੇ ਵਿੱਚ ਸਾਡੇ ਕੋਲ ਕੋਈ ਪਟਾਇਗੀ ਜ਼ਮੀਨ ਨਹੀਂ, ਕੋਈ ਧਰਮਸਥਾਨ ਵਾਸਤੇ ਜ਼ਮੀਨ ਨਹੀਂ, ਸਿਰਫ ਸਾਡੇ ਕੋਲ ਥੋੜ੍ਹੀ ਜਿਹੀ ਥਾਂ ਵਾ ਗੁਰਦੁਆਰੇ ਦੇ ਨਾਲ, ਜਿੱਥੇ ਕੁਛ ਸਮਾਂ ਪਹਿਲਾਂ ਪ੍ਰਾਇਮਰੀ ਸਕੂਲ ਕਰਦਾ ਸੀ, ਔਰ ਉਹਦੇ ਸਕੂਲ ਵੱਧ ਹੋਣ ਕਰਕੇ ਜਗ੍ਹਾ ਅੰਦਰੇ ਦੋ ਸਾਡੇ ਕੋਲ ਗਏ ਖੜਾ ਦਿੱਤਾ, ਉਹਦੇ ਨਾਲ ਹੀ ਸਾਡੇ ਕੋਲ ਆਂਗਨਵਾੜੀ ਸੈਂਟਰ ਛੋਟਾ ਜਿਹਾ ਚੱਲਦਾ, ਉੱਥੇ ਕਮਰਾ ਇੱਕ ਤਰ੍ਹਾਂ ਕੱਢਣੇ ਆ, ਉਹ ਵੀ ਵਧੀਆ ਥੋੜ੍ਹੇ ਜਿਹੇ ਕੱਚੇ ਫੁੱਟ ਕਰਕੇ ਢੋਲ ਦੇ ਕੱਚੇ ਵੀ ਥੋੜ੍ਹੇ ਜਿਹੇ ਦੇਖ ਕੇ ਆਂਗਨਵਾੜੀ ਸੈਂਟਰ ਛੁੱਟ ਕਰਦਾ, ਉਹ ਸਾਡੇ ਕੋਲ ਸਾਂਝੀ ਜਗ੍ਹਾ ਕੋਈ ਨਹੀਂ ਹੈ, ਕੋਈ ਪੇਕ ਲੱਗਣ ਵਾਸਤੇ ਜਾਂ ਕੋਈ ਪਾਰਕ ਪਾਰਕ ਨਹੀਂ ਹੈ, ਜਗ੍ਹਾ ਨਹੀਂ ਹੈ ਪਾਰਕ ਵਾਸਤੇ। ਸ਼ੈੱਡ ਅਸੀਂ ਅਪਲਾਈ ਕੀਤਾ ਹੈਗਾ ਵਾ ਪਿਛਲੇ ਮਾਰਚ ਦੇ ਵਿੱਚ ਕੀਤਾ ਸੀ ਮਜ਼ੇ ਪਾ ਕੇ, ਪਰ ਉਸ ਟਾਈਮ 'ਤੇ 31 ਮਾਰਚ ਦੀ 31 ਮਾਰਚ ਲੱਗਿਆ, ਅਪ੍ਰੈਲ ਤੋਂ ਬਾਅਦ ਤੁਹਾਨੂੰ ਚਲ ਦੇਵਾਂਗੇ, ਉਹ ਹਾਲੇ ਤੱਕ ਉਹ ਕੰਟਰੋਲ ਕਿੰਗ ਜਨਰੇਸ਼ਨ ਹੀ ਆ ਹਾਲੇ ਉਹ ਕਾਰਵਾਈ ਹੋਈ ਨਹੀਂ ਗਈ ਉਹਨਾਂ ਦੇ। ਅੱਛਾ, ਹਾਲੇ ਨਹੀਂ ਹੋਇਆ, ਨਹੀਂ ਬਣਿਆ, ਨਹੀਂ ਹਾਲੇ ਮਤਲਬ ਬਣਿਆ, ਅਪਲਾਈ ਕੀਤਾ ਵਾ ਹਾਲੇ ਮਤਲਬ ਪਾਸ ਹੋ ਕੇ ਨਹੀਂ ਆਏ, ਪਾਸ ਹੋ ਕੇ ਨਹੀਂ ਆਏ ਤੇ ਲੋਕਾਂ। ਅੱਛਾ ਜੀ। ਪਸ਼ੂ ਹਸਪਤਾਲ ਸਾਡੇ ਨਜ਼ਦੀਕ ਪਿੰਡ ਭੋਏਵਾਲਾ ਪਰ ਡਿਸਪੈਂਸਰੀ ਜਿਹੜੀ ਆ ਉਹ ਵਧੀਆ ਤਰੀਕੇ ਨਾਲ ਵੱਡੇ ਚੰਕੇ ਬਣੀ ਆ, ਮੇਰੇ ਚਾਚਾ ਜੀ ਸਰਪ੍ਰਨਜੀਤ ਸਿੰਘ ਉਹਨਾਂ ਨੇ ਉੱਥੇ 3 ਕਨਾਲ ਦੀ ਕੋਠੀ ਜਿਹੜੀ ਉਹ ਬਨੇਡ ਕੀਤੀ ਹੋਈ ਆ, ਅਤੇ ਉਹਦੇ ਵਿੱਚ ਜਿਹੜੀ ਆ ਡਿਸਪੈਂਸਰੀ ਵਧੀਆ ਤਰੀਕੇ ਨਾਲ ਚੱਲਦੀ ਆ, ਸਟਾਫ ਉੱਥੇ ਡਾਕਟਰ ਵੀ ਆਉਂਦਾ। ਅਤੇ ਸਾਂਸਨਾ ਜੁੜੇ ਨੂੰ ਮੈਂ ਹੀ ਪਹਿਲਾਂ ਵੈਸੇ ਅਕਾਲੀ ਦਲ ਨਾਲ ਬੜੇ ਪੁਰਾਣੇ ਚਿਰਾਂ ਤੋਂ ਲੋਕਾਂ ਨੇ। ਅੱਛਾ ਜੀ। ਸਾਡੇ ਥੋੜ੍ਹੇ ਜਿਹੇ ਮੱਤ ਭੇਦ ਹੋ ਗਏ, ਸਾਡੇ ਜਸਟਿਸ ਸੁਖਜੀਤ ਸਿੰਘ ਦੇ ਖਿਲਾਫ ਵਿਕਰਮ ਸਿੰਘ ਮਜੀਠੀਆ ਨੇ ਕੁਝ ਅਪਮਾਨਜਨਕ ਸ਼ਬਦ ਕਹੇ ਆ। ਅੱਛਾ ਜੀ। ਉਹਦੇ ਕਰਕੇ ਫਿਰ ਅਸੀਂ ਗੁੱਸੇ ਦੇ ਤੌਰ 'ਤੇ ਅਸੀਂ ਵਿਕਰਮਜੀਤ ਸਿੰਘ ਛੱਡ ਕੇ ਫਿਰ ਅਸੀਂ ਤਾਕਤ ਮਿਲ ਗਏ। ਠੀਕ ਜੀ। ਉਹ ਮੇਰਾ ਖਿਆਲ ਹੱਥ ਸੁਪਰੀਮ ਕੋਰਟ ਵਿੱਚ ਉਹਨਾਂ ਦੇ ਖਿਲਾਫ ਕੇਸ ਵੀ ਚੱਲ ਰਿਹਾ, ਜਸਟਿਸ ਸੁਖਜੀਤ ਸਿੰਘ ਨੇ
ਮਾਣਾ ਨੇ ਕੇਸ ਪੁੱਤਰ ਕਰਵਾਇਆ ਵਾ। ਅੱਛਾ ਮੇਨ ਸਾਡਾ ਕਾਰਨ ਅਕਾਲੀ ਦਲ ਨੂੰ ਟੁੱਟਣ ਦਾ ਇਹੀ ਆ, ਇਹੀ ਆ ਮੇਨ। ਹਾਂਜੀ ਹੁਣ ਅਸੀਂ ਕਾਂਗਰਸ, ਹੁਣ ਕਾਂਗਰਸ, ਠੀਕ ਹੈ। ਅਤੇ ਅੱਛਾ ਸਰ ਤੁਸੀਂ ਮੈਨੂੰ ਇਹ ਚਲੋ ਤੁਸੀਂ ਕਾਂਗਰਸ ਨਾਲ ਤੁਹਾਨੂੰ ਥੋੜ੍ਹਾ ਚਿਰ ਹੀ ਹੋਇਆ, ਹਲੇ ਸਾਲ ਮਤਲਬ 5 ਸਾਲ ਹੀ ਹੋਏ ਨੇ, ਅਤੇ ਤੁਹਾਨੂੰ ਮਤਲਬ ਕਿ ਜ਼ਿਆਦਾ ਨਹੀਂ ਚਿਰ ਹੋਇਆ, ਅਤੇ ਤੁਸੀਂ ਫਿਰ ਵੀ ਵਧੀਆ ਕੰਮ ਕੀਤੇ ਨੇ ਆਪਣੇ ਪਿੰਡ ਦੇ ਵਿੱਚ, ਅਤੇ ਬਹੁਤ ਸੋਹਣੇ ਨੇ ਸਰ, ਇਹ ਨਹੀਂ ਕਿ ਬਹੁਤ ਵਧੀਆ ਹਾਲਤ ਵੀ ਹੈ, ਹਾਂ ਇੰਨੀ ਵਧੀਆ ਕੰਡੀਸ਼ਨ ਨਹੀਂ, ਇੰਨੀ ਵਧੀਆ ਕੰਡੀਸ਼ਨ ਨਹੀਂ, ਔਰ ਸੋਚ ਰਹੇ ਹਾਂ ਕਿ ਹੋਰ ਇਸ ਤੋਂ ਵਧੀਆ ਕੰਡੀਸ਼ਨ ਉੱਤੇ। ਠੀਕ ਹੈ, ਮਤਲਬ ਹਾਲੇ ਉਹਦੇ ਬਾਰੇ ਕਰ ਰਿਹਾ ਤੁਸੀਂ, ਉਹਦਾ ਹਾਲੇ ਮਤਲਬ ਮੁਕੰਮਲ ਨਹੀਂ ਹੋਇਆ, ਹਾਲੇ ਕੰਮ ਚੱਲ ਰਿਹਾ, ਹਾਲੇ ਕੰਮ ਚੱਲ ਰਿਹਾ। ਠੀਕ ਹੈ, ਅਤੇ ਸਰ ਵਾਟਰ ਸਪਲਾਈ ਦਾ ਕਿੱਦਾਂ, ਜਿੱਦਾਂ ਕਿ ਕਈ ਪਿੰਡਾਂ 'ਚ ਵਾਟਰ ਸਪਲਾਈ ਬਿਲਕੁਲ ਹੀ ਬੰਦ ਹੋ ਚੁੱਕੀ ਹੈ, ਅਤੇ ਆਪਣੇ ਪਿੰਡ ਦੀ ਵਾਟਰ ਸਪਲਾਈ ਦਾ ਕਿੱਦਾਂ? ਸਾਡੇ ਵਾਟਰ ਸਪਲਾਈ ਦੀ ਜਿਹੜੀ ਟੈਂਕੀ ਆ ਮੇਨ ਰੋਡ 'ਤੇ ਲਾ ਦੀ ਖੂਹ 'ਤੇ ਬਣੀ ਆ, ਉੱਥੋਂ ਹੀ ਤਿੰਨਾਂ ਨਗਰਾਂ ਨੂੰ ਵੱਡੇ ਚੰਨ ਕੇ ਨਵਾਂ ਚੰਨ ਗਿਆ, ਉਹਦੀਆਂ ਜਿਹੜੀਆਂ ਲੱਗੀਆਂ ਵਾ ਟਾਈਮ ਟੂ ਟਾਈਮ ਪਾਣੀ ਜਿੱਦਾਂ ਮੈਂ ਸ਼ਡਿਊਲ ਬਣਾਈ ਉਸ ਹਿਸਾਬ ਨਾਲ ਪਾਣੀ ਜਿਹੜਾ ਆਉਂਦਾ ਵਾ। ਠੀਕ ਹੈ, ਮਤਲਬ ਕਿ ਪਾਣੀ ਠੀਕ ਆ ਰਿਹਾ, ਪਾਣੀ ਠੀਕ ਆ ਰਿਹਾ ਸੀ, ਵਾਟਰ ਸਪਲਾਈ ਆਪਣੇ ਪਿੰਡ ਦੇ ਵਿੱਚ ਠੀਕ ਹੈ? ਹਾਂ ਠੀਕ ਹੈ, ਮਾੜੀ ਨਹੀਂ ਕਹਿ, ਮਾੜੀ ਨਹੀਂ ਕਹਿ। ਠੀਕ ਹੈ, ਅਤੇ ਅੱਛਾ ਸਰ ਗੰਦੇ ਪਾਣੀ ਦਾ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਹੈ, ਕਈ ਪਿੰਡਾਂ ਦੇ ਵਿੱਚ ਤਾਂ ਇਹੋ ਜਿਹੀ ਪ੍ਰੋਬਲਮ ਹੈ ਕਿ ਉੱਥੇ ਦੇ ਸਰ ਕਈ ਲੋਕ ਜਿਹੜੇ ਨੇ ਉਹ ਉਹਨਾਂ ਦੀ ਡੈਥ ਹੋ ਗਈ ਕੈਂਸਰ ਹੋ ਕੇ ਪਾਣੀ ਦੇ ਕਾਰਨ, ਛੱਪੜ ਹੈ ਲਾਗੇ ਅਤੇ ਲਾਗੇ ਘਰ ਹੈ ਲੋਕਾਂ ਦੇ, ਅਤੇ ਜਿਨ੍ਹਾਂ ਦੇ ਘਰ ਹੈ ਉਹ ਫਿਰ ਪੱਤਲ ਖਰਾਬ ਹੋਣ ਦੇ ਕਾਰਨ ਉਹ ਪਾਣੀ ਉਹੀ ਪੀਂਦੇ ਨੇ ਵਿਚਾਰੇ, ਅਤੇ ਉਹ ਕਈਆਂ ਨੂੰ ਤਾਂ ਕੈਂਸਰ ਹੋ ਗਈ ਹੈ ਅਤੇ ਡੈਥ ਵੀ ਹੋ ਚੁੱਕੀ ਹੈ, ਜਿਹੜੇ ਛੋਟੇ ਬੱਚੇ ਨੇ ਉਹਨਾਂ ਦੇ ਉਹਨਾਂ ਨੂੰ ਨਜ਼ਰ ਕਮਜ਼ੋਰ ਹੋ ਗਈ ਹੈ ਅਤੇ ਐਨਕਾਂ ਲੱਗ ਚੁੱਕੀਆਂ ਨੇ, ਅਤੇ ਆਪਣੇ ਪਿੰਡ ਦੇ ਗੰਦੇ ਪਾਣੀ ਦਾ ਨਿਕਾਸ ਕਿੱਦਾਂ? ਸਾਡੇ ਵਾਹਿਗੁਰੂ ਦੀ ਕਿਰਪਾ ਮਿੱਤਰ ਦੇ ਵਿੱਚ ਤੰਦਰੁਸਤ ਤਾਂ ਪਿੰਡੇ ਸਾਰੇ ਇਹੋ ਜਿਹੀ ਕੋਈ ਮੁਸ਼ਕਿਲ ਨਹੀਂ ਜੀ ਕਹਿ ਰਹੇ ਜੀ, ਗੰਦੇ ਪਾਣੀ ਦਾ ਨਿਕਾਸ ਜਿਹੜਾ ਸਾਡੇ ਪਿੰਡ ਦਾ ਬਹੁਤ ਵਧੀਆ ਹੈ, ਇਸੇ ਐਸੇ ਆ ਆਪਣੀ ਸਪੈਕਟੀ ਜੀ ਅਸੀਂ ਆਪਣੀ ਗੁਰਦੁਆਰੇ ਤੋਂ ਲੈ ਕੇ ਡਰੇਨ ਤੱਕ ਕੋਈ 2000 ਫੁੱਟ ਲੰਬਾ ਜਿਹੜਾ ਸੀਵਰੇਜ ਪਾਇਆ ਸੀ ਬਹੁਤ ਵਧੀਆ ਤਰੀਕੇ ਨਾਲ, ਔਰ ਬਿਲਕੁਲ ਸਾਰੇ ਪਿੰਡ ਦਾ ਨਿਕਾਸ ਜਿਹੜਾ ਪਾਣੀ ਵਧੀਆ ਗਲੀਆਂ ਬਣੀਆਂ ਔਰ ਵਧੀਆ ਪਾਣੀ ਦਾ ਨਿਕਾਸ ਨਾਲ ਜਿਹੜੀਆਂ ਬਣਾਈਆਂ, ਪਾਣੀ ਦੀ ਕੋਈ ਸਾਨੂੰ ਪ੍ਰੋਬਲਮ ਨਹੀਂ ਆ ਸਕਦਾ। ਠੀਕ ਹੈ ਸਰ, ਇਹ ਮਤਲਬ ਕਿ ਪਾਣੀ ਦੀ ਕੋਈ ਪ੍ਰੋਬਲਮ ਨਹੀਂ ਹੈ, ਪਾਣੀ ਕਿਤੇ ਵੀ ਪਾਣੀ ਖੜਾ ਨਹੀਂ ਦਿਖਿਆ ਸਰ, ਨਹੀਂ ਦਿਖਿਆ ਜੀ, ਬੜੀ ਸਾਨੂੰ ਤੁਹਾਡੇ ਪਿੰਡ ਦੇ ਵਿੱਚ ਸਫਾਈ ਇੰਨੀ ਵਧੀਆ ਲੱਗੀ, ਇੱਦਾਂ ਲੱਗਾ ਕਿ ਜਿੱਦਾਂ ਇਹ ਕੋਈ ਕਲੋਨੀ ਹੁੰਦੀ ਆ, ਇੱਦਾਂ ਲੱਗਾ ਜੀ ਸਾਨੂੰ। ਅਤੇ ਅੱਛਾ ਸਰ ਇਸ ਤੋਂ ਇਲਾਵਾ ਹੋਰ ਸਟਰੀਟ ਲਾਈਟਾਂ ਲੱਗੀਆਂ ਜੀ ਪਿੰਡ ਵਿੱਚ? ਹਾਂਜੀ ਸਟਰੀਟ ਲਾਈਟਾਂ ਵੀ ਅਸੀਂ ਆਪਣੇ ਲੱਗੀਆਂ, ਇਹ ਹੁਣ ਹੀ ਲੱਗੀਆਂ ਨੇ ਇਸ ਵਾਰ, 2 ਸਾਲ ਹੋ ਗਿਆ। ਠੀਕ ਹੈ, 2 ਸਾਲ ਹੋ ਗਏ, 2 ਸਾਲ ਹੋ ਗਿਆ, ਅਤੇ ਜਿੰਨੀਆਂ ਚਾਹੀਦੀਆਂ ਸੀ ਉਨੀਆਂ ਨਹੀਂ ਲੱਗੀਆਂ, ਨਹੀਂ ਲੱਗੀਆਂ, ਥੋੜ੍ਹੀ ਜਿਹੀ ਕਾਟ ਆਇਆ। ਅੱਛਾ ਜੀ, ਲਾਈਆਂ ਤਾਂ ਵੈਸੇ ਉਹਨਾਂ ਦਾ ਸਾਰਿਆਂ ਦੇ ਉਹਨਾਂ ਦਾ ਵੀ ਮਤਾ ਪਾਇਆ ਸਰ, ਦੱਸਿਆ ਮਤਾ ਪਾਇਆ ਸੀਗਾ ਅਤੇ ਹਾਲੇ ਕੋਈ ਨਹੀਂ, ਸਾਨੂੰ ਹਾਲੇ ਮਿਲੀ ਨਹੀਂ ਮਤਲਬ। ਠੀਕ ਹੈ, ਅਤੇ ਇਸ ਤੋਂ ਇਲਾਵਾ ਸਰ ਜਿੱਦਾਂ ਮੰਨ ਲਓ ਕਿ ਕੋਈ ਪਿੰਡ ਦੇ ਵਿੱਚ ਕਿੰਨੇ ਕੁ ਪਰਸੈਂਟੇਜ ਦੇਗਾ? ਅੱਜ ਕੱਲ੍ਹ ਜ਼ਮਾਨਾ ਹੈ ਕਿ ਵੋਟ ਪਵਾਉਣ ਵਾਲੀ ਨਹੀਂ ਜੀ ਇਹ ਗੱਲ ਕੋਈ ਵੀ, ਹਰ ਬੰਦਾ ਜਾਗਰੂਕ ਆ, ਹਰ ਬੰਦਾ ਪੜ੍ਹਿਆ ਲਿਖਿਆ, ਹਰ ਬੰਦੇ ਨੇ ਆਪਣੇ ਦਿਮਾਗ ਨਾਲ ਜੋੜ ਕੇ ਵੋਟ ਪਾਉਣੀ ਆ, ਅਤੇ ਫਿਰ ਵੀ ਅਸੀਂ ਆਪਣੇ ਜਿਵੇਂ ਜਿੰਨਾ ਵੀ ਵੱਧ ਤੋਂ ਵੱਧ ਹੋਇਆ ਅਸੀਂ ਆਪਣੇ ਲੋਕਾਂ ਨੂੰ ਮਤਲਬ ਅਪਡੇਟ ਕਰਾਂਗੇ, ਆਪਣਾ ਕੰਮ ਵਧਾਵਾਂਗੇ, ਜੋ ਅਸੀਂ ਕੀਤੇ ਅਤੇ ਉਸ ਹਿਸਾਬ ਨਾਲ ਅਸੀਂ ਵੱਧ ਤੋਂ ਵੱਧ ਵੋਟ ਪਾਉਂਗੇ। ਨਹੀਂ ਸਰ ਪਤਾ ਕੀ ਹੁੰਦਾ ਕਿ ਆਪ ਨੂੰ ਵੀ ਪਤਾ ਹੁੰਦਾ ਕਿ ਹਾਂ ਬਈ ਅਸੀਂ ਇੰਨੀ ਕੁ ਵੋਟ ਜਿਹੜੀ ਆ ਉਹ ਮੇਰੇ ਨਾਲ ਹੈ ਆ, ਇੰਨੇ ਕੁ ਬੰਦੇ ਮੇਰੇ ਨਾਲ ਹੈਗੇ ਨੇ, ਅਤੇ ਇਹ ਮੈਂ ਕੰਮ ਜਿਹੜੇ ਕੀਤੇ ਨੇ ਜਿਨ੍ਹਾਂ ਦੇ ਅੱਜ ਤੱਕ ਹੋਏ ਹੀ ਨਹੀਂ ਸੀ, ਅਤੇ ਇਹਨਾਂ ਦੀਆਂ ਮੈਂ ਗਲੀਆਂ ਬਣਾਈਆਂ ਜਿਹੜੀਆਂ ਕਿ ਕਦੀ ਬਣੀਆਂ ਹੀ ਨਹੀਂ ਸੀ, ਅਤੇ ਇਹ ਇੱਦਾਂ ਮਤਲਬ ਇਹ ਤਾਂ ਸਰਪੰਚਾਂ ਨੂੰ ਵੀ ਪਤਾ ਹੁੰਦਾ ਸਰ ਜਿਨ੍ਹਾਂ ਨੇ ਕੰਮ ਕੀਤੇ ਨੇ ਸਾਡੇ ਨਗਰ ਦੇ ਵਿੱਚ, ਮੇਰਾ ਨਾਲ ਕੋਈ ਮੇਰਾ ਨਗਰ ਸਾਰਾ ਹੀ ਮੇਰੇ ਨਾਲ। ਹਾਂ ਬਿਲਕੁਲ ਇੱਦਾਂ ਹੀ, ਅਤੇ ਇਹਦਾ ਮਤਲਬ ਹੈ ਕਿ ਫਿਰ ਤੁਹਾਡੇ ਪਿੰਡੋਂ ਕਾਂਗਰਸ ਜਿੱਤੇਗੀ? ਹਾਂ ਪੱਕਾ ਜਿੱਤੇਗੀ, ਇਹ ਵੀ ਗੱਲ 100% ਆ। ਠੀਕ ਹੈ, ਅਤੇ ਸਰ ਇਹ ਫਿਰ MLA ਦੀ ਇਲੈਕਸ਼ਨ ਤੋਂ ਬਾਅਦ 1.5 ਸਾਲ ਬਾਅਦ ਫਿਰ ਸਰਪੰਚੀ ਦੀ ਇਲੈਕਸ਼ਨ ਆ ਜਾਂਦੀ ਹੈ, ਅਤੇ ਉਹਦੇ ਵਾਸਤੇ ਆਪਣਾ ਕੀ ਖਿਆਲ ਆ? ਦੇਖੋ ਜੀ ਅਸੀਂ ਅੱਗੇ ਵੀ ਸਰ ਕਦੋਂ ਕਦੀ ਸਰਸਵਤੀ ਨਾਮ ਬਣਾਇਆ, ਕਦੋਂ ਕਦੀ ਸਾਨੂੰ ਦੇਤੀ ਕਿ ਸਰ ਸੇਵਾ। ਹਾਂਜੀ, ਅਸੀਂ ਜਿੰਨੀ ਕੁ ਸਾਡੇ ਕਿਸੇ ਮੁਖੀ ਜਾਂ ਨਾਂ ਜਾਂ ਉਮਰ ਦਾ ਵੀ ਦਿਖਾਇਆ ਵਾ, ਅਤੇ ਜਿੰਨੀ ਕੁ ਸੇਵਾ ਅਸੀਂ ਕਰ ਸਕੇ ਹਾਂ ਕਰ ਦਿੱਤੀ ਆ, ਗਾਂਹ ਕੋ ਹੋਰ ਨੌਜਵਾਨ ਬੰਦਾ ਆਪਾਂ ਨੂੰ ਕਰ ਦਿੱਤਾ। ਅਤੇ ਜੇ ਮੰਨ ਲਓ ਪਿੰਡ ਵਾਸੀ ਕਹਿੰਦੇ ਤੁਹਾਨੂੰ ਹੀ
ਨਹੀਂ ਸਰ ਤੁਹਾਨੂੰ ਪਤਾ ਉਮਰ ਦਾ ਹਿਸਾਬ 70 ਸਾਲ ਦੀ ਉਮਰ ਹੋਈ ਆ ਸਰ ਕੋਈ ਜਾਰੀ ਨਹੀਂ ਆ ਮਾਰ ਦੇ ਸੇਵਾ ਕਰਨ ਦਾ ਮੌਕਾ ਦਿੱਤਾ ਬਿਲਕੁਲ ਸਹੀ ਗੱਲ ਹੈ ਜੀ ਅਤੇ ਹੁਣ ਅੱਗੇ ਵੀ ਤੁਸੀਂ ਮੈਮ ਸੇਵਾ ਇੱਦਾਂ ਹੀ ਕਰਦੇ ਰਹੋਗੇ ਹਾਂ ਪਿੰਡ ਵਾਸੀਆਂ 'ਤੇ ਡਿਪੈਂਡ ਕਰ ਬਿਲਕੁਲ ਸਹੀ ਗੱਲ ਧੰਨ ਤੁਹਾਡਾ ਬਹੁਤ ਬਹੁਤ ਜੀ ਅਤੇ ਤੁਸੀਂ ਸਰਪੰਚ ਸਾਹਿਬ ਹੋਰ ਮੈਨੂੰ ਇਹ ਦੱਸਾਂਗੇ ਸਰਕਾਰ ਆਊਗੀ ਜੀ ਹੁਣ ਤਾਂ ਚਰਨਜੀਤ ਸਿੰਘ ਚੰਨੀ ਜੀ ਮੁੱਖ ਮੰਤਰੀ ਬਣ ਗਏ ਨੇ ਅਤੇ ਉਹਨਾਂ ਦੇ ਨਾਲ ਹੀ ਨੇ ਸਿੱਧੂ ਸਾਹਿਬ ਅਤੇ ਹੁਣ ਤੂੰ ਕੀ ਕਰ ਰਿਹਾ ਹੈ ਅਤੇ ਤਰਬੀਏ ਦੀਆਂ ਲੋਕਾਂ ਦਾ ਇਹ ਸਵਾਲ ਸਾਨੂੰ ਕਰਦੇ ਨੇ ਕਿ ਪੁੱਛੋ ਤੁਸੀਂ ਚਲੋ ਇਹਦੇ ਬਾਰੇ ਮੈਂ ਸਰਪੰਚ ਤਾਂ ਕੁਝ ਨਹੀਂ ਕਹਿ ਸਕਦਾ ਇਹਦਾ ਜਵਾਬ ਤੂੰ ਵੀ ਦੇ ਸਕਦੇ ਆ ਕਿ ਵੈਸੇ ਚਲੋ ਡਿਮਾਂਡ ਹੈਗੀ ਆ ਲੇਕਿਨ ਵਾਅਦਾ ਕੀਤਾ ਤਾਂ ਇਹਨਾਂ ਨੂੰ ਪੂਰਾ ਕਰਨਾ ਚਾਹੀਦਾ ਹਾਂ ਕਿਉਂਕਿ ਹੁਣ ਤਾਂ ਸਰਕਾਰ ਦੇ ਨਾਲ ਨੇ ਵਿਸ਼ਵਾਸ ਬਣਦਾ ਬਿਲਕੁਲ ਬਿਲਕੁਲ ਆਪ ਕਰਦੇ ਹਾਂ ਕਿ ਤੁਸੀਂ ਆਪਣਾ ਕੀਮਤੀ ਸਮਾਂ ਸਾਡੇ ਨਾਲ ਕੱਢਿਆ ਸੀ ਆਪਣੀ ਪੂਰੀ ਟੀਮ ਵੱਲੋਂ ਅਤੇ ਆਪਣੇ